ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ 'ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-9786। ਦਿੱਲੀ ਉੱਤਰ ਪੱਛਮੀ ਤੋਂ ਸੰਸਦ ਅਤੇ ਪ੍ਰਸਿੱਧ ਲੋਕ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੌਰੇ ਸਮੇਂ ਦਿੱਲੀ 'ਚ ਹੋਈ ਹਿੰਸਾ ਨੂੰ ਦੇਸ਼ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੰਸ ਰਾਜ ਹੰਸ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੌਰੇ ਸੰਬੰਧੀ ਬੋਲਦਿਆਂ ਕਿਹਾ ਹੈ ਕਿ ਇਸ ਮੌਕੇ ਦਿੱਲੀ 'ਚ ਹੋਈ ਹਿੰਸਾ ਭਾਰਤ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਨਾਲ ਹੀ ਜਿੱਥੇ ਉਹਨਾਂ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਹੋਈ ਜਿੱਤ 'ਤੇ ਸੀਐਮ ਕੇਜਰੀਵਾਲ ਨੂੰ ਵਧਾਈ ਦਿੱਤੀ, ਉੱਥੇ ਹੀ ਉਹਨਾਂ ਕਿਹਾ ਹੈ ਕਿ ਇਸ ਦਾ ਪੰਜਾਬ 'ਤੇ ਕੋਈ ਵੀ ਅਸਰ ਨਹੀਂ ਹੋਵੇਗਾ। ਇਸ ਮੌਕੇ ਉਹਨਾਂ ਲੱਚਰ ਗਾਇਕੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਪੀਸ, ਅਮਨ, ਸ਼ਾਂਤੀ ਵਰਤੇ, ਲੋਕਾਂ 'ਚ ਨਫ਼ਰਤ ਘਟੇ, ਮੁਹੱਬਤ ਵਧੇ, ਸੰਗੀਤ ਉਹ ਪ੍ਰਮੋਟ ਹੋਵੇ ਜਿਹੜਾ ਸੁਰ ਵਿੱਚ ਹੈ, ਲੈਅ ਵਿੱਚ। ਦੇਖੋ, ਅਮੈਰੀਕਾ ਦੁਨੀਆ ਦਾ ਸਭ ਤੋਂ ਪਾਵਰਫੁੱਲ ਕੰਟਰੀ ਹੈ ਅਤੇ ਸਭ ਤੋਂ ਪਾਵਰਫੁੱਲ ਪ੍ਰੈਜੀਡੈਂਟ ਆਫ ਅਮੈਰੀਕਾ ਹੁੰਦਾ। ਟਰੰਪ ਸਾਹਿਬ ਨੇ ਆ ਕੇ ਕੱਲ੍ਹ ਜਿਸ ਤਰ੍ਹਾਂ ਦੀ ਤਕਰੀਰ ਕੀਤੀ, ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੁਖਾਤਬ ਹੋਏ ਆ, ਧੰਨ ਧੰਨ ਹੋ ਗਈ ਹੈ। ਔਰ ਇੰਡੀਆ ਲਈ ਉਹਨਾਂ ਨੇ ਕਿਹਾ ਕਿ ਬੜੇ ਟਫ ਹੈ ਨੈਗੋਸ਼ੀਏਟਰ, ਪ੍ਰਿਯ ਪ੍ਰਧਾਨ ਮੰਤਰੀ ਜੀ। ਸੋ ਇਸ ਗੱਲ ਤੋਂ ਇਹ ਤਾਂ ਕਲੀਅਰ ਹੋ ਗਿਆ ਕਿ ਸਾਡੇ ਮੁਲਕ ਲਈ ਘਾਟਾ ਨਹੀਂ ਹੈ। ਦੂਸਰਾ, ਉਹਨਾਂ ਨੇ ਕਿਹਾ ਨਾ ਅੱਖ ਉੱਚੀ ਕਰਕੇ ਦੇਖੋ ਅਤੇ ਨਾ ਨੀਵੀਂ ਕਰਕੇ, ਅੱਖ 'ਚ ਅੱਖ ਪਾ ਕੇ ਦੇਖੋ। ਅਤੇ ਇੱਦਾਂ ਹੀ ਦੇਖਦਾ ਉਹ, ਚਾਹੇ ਓਬਾਮਾ ਹੋਵੇ ਚਾਹੇ ਟਰੰਪ ਸਾਹਿਬ ਹੋਣ, ਇਹ ਮੋਦੀ ਦੇ ਹਿੱਸੇ ਆਇਆ, ਹੋਰ ਕਿਸੇ ਪ੍ਰਾਈਮ ਮਿਨਿਸਟਰ ਦੇ ਹਿੱਸੇ ਨਹੀਂ ਆਇਆ। ਦਿੱਲੀ 'ਚ ਇਹਨਾਂ ਨੇ ਸ਼ਰਾਰਤ ਕੀਤੀ ਹੈ, ਟਰੰਪ ਸਾਹਿਬ ਆ ਰਿਹਾ ਮੈਸੇਜ ਭੈੜਾ ਜਾਵੇ, ਇਹ ਬਹੁਤ ਬਹੁਤ ਘਟੀਆ ਸੋਚ ਹੈ, ਇਹਨੂੰ ਨਿੰਦਣਯੋਗ ਹੈ, ਇਹ ਨਹੀਂ ਹੋਣਾ ਚਾਹੀਦਾ। ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪੰਜਾਬ ਦਾ ਫਿਕਰ ਕਰਨ, ਕਲਚਰ ਦਾ ਫਿਕਰ ਕਰਨ, ਸੱਭਿਆਚਾਰ ਦਾ ਫਿਕਰ ਕਰਨ, ਬਹੁਤ ਅੱਛੀ ਗੱਲ ਹੈ। ਖਾਸ ਤੌਰ 'ਤੇ ਨਸ਼ਿਆਂ 'ਤੇ ਵੀ ਨਕੇਲ ਪਾਉਣ ਔਰ ਸਾਰੇ ਮਾਮਲੇ ਉਹਨਾਂ ਨੂੰ ਪਤਾ ਹੈ, ਮੈਂ ਕੀ ਦੱਸਣਾ ਉਹਨਾਂ ਨੂੰ, ਸਾਰਾ ਜੋ ਜੋ ਲੋਕਾਂ ਨਾਲ ਪ੍ਰੋਮਿਸ ਕੀਤਾ ਉਹ ਫੁਲਫਿਲ ਕਰਨ, ਤਾਂ ਕਿ ਉਹਨਾਂ ਨੂੰ ਫਿਰ ਲੋਕ ਕਹਿਣ ਕੈਪਟਨ ਹੀ ਹੈ। ਜਦੋਂ ਕੋਈ ਜਿੱਤ ਕੇ ਆਵੇ ਸਭ ਤੋਂ ਪਹਿਲਾਂ ਤਾਂ ਉਹਨੂੰ ਮੁਬਾਰਕਾਂ ਦੇਈਦੀਆਂ। ਸੋ ਕੇਜਰੀਵਾਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ, ਮਾਲਕ ਕਿਰਪਾ ਕਰੇ ਅੱਗੇ ਵਾਂਗ ਨਾ ਕਰਨ। 4.5 ਸਾਲ ਮੋਦੀ ਸਾਹਿਬ ਨੂੰ ਗਾਲਾਂ ਕੱਢਦੇ ਰਹੇ, ਸਾਨੂੰ ਕੁਛ ਕਰਨ ਨਹੀਂ ਦਿੰਦਾ, ਕਰਨ ਨਹੀਂ ਦਿੰਦਾ। ਐਤਕੀ ਮੇਰਾ ਖਿਆਲ ਹੈ ਕੰਮ ਵੀ ਕਰਨਗੇ ਔਰ ਬਹੁਤ ਅੱਛੀ ਗੱਲ ਹੈ। ਬਾਕੀ ਪੰਜਾਬ 'ਚ ਜਰਾ ਪੰਜਾਬੀਆਂ ਦੀ ਸਾਈਕੀ ਹੋਰ ਆ, ਅੱਗੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਸੀ। ਦੂਜੇ ਪਾਸੇ ਸਮਾਜ ਸੇਵੀ SP ਓਬਰਾਏ ਨੇ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਗੱਲ 'ਤੇ ਵੀ ਚਿੰਤਾ ਜਤਾਈ। ਉਹਨਾਂ ਅਫਸੋਸ ਜਤਾਇਆ ਹੈ ਕਿ ਏਜੰਟਾਂ ਦੇ ਜਾਲ 'ਚ ਅੱਜ ਵੀ ਲੋਕ ਫਸੇ ਹੋਏ ਹਨ। ਨਾਲ ਹੀ ਉਹਨਾਂ ਮਸਕਟ 'ਚ ਫਸੇ 104 ਦੇ ਕਰੀਬ ਭਾਰਤੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਅੱਗੇ ਮੰਗ ਕੀਤੀ ਹੈ। ਦੇਖੋ, ਸਾਡੀਆਂ ਕਾਫੀ ਬੱਚੇ ਸਾਡੇ ਜਿਹੜੇ ਆ ਅਰਬ ਕੰਟਰੀ 'ਚ ਫਸੇ ਹੋਏ ਨੇ, ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਏਜੰਟਾਂ ਦੇ ਚਾਂਸੇ ਆ, ਅੱਜ ਸਾਨੂੰ ਲੋੜ ਹੈਗੀ ਹੈ, ਸਰਕਾਰ ਨੂੰ ਲੋੜ ਹੈ ਕਿ ਜਿਹੜੇ ਇਹੋ ਜਿਹੇ ਏਜੰਟ ਹੈਗੇ ਇਹਨਾਂ 'ਤੇ ਕਾਬੂ ਪਾਇਆ ਜਾਵੇ। ਬਹੁਤ ਬੱਚੇ ਨੇ ਅੱਜ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਸੀ ਦੱਸ ਸਕਦੇ, ਜਿਨ੍ਹਾਂ ਕੋਲ ਛੱਤ ਨਹੀਂ ਰਹੀ, ਉਹਨਾਂ ਕੋਲ ਖਾਣ ਨੂੰ ਰੋਟੀ ਨਹੀਂ ਹੈ, ਕੰਪਨੀਆਂ ਬੰਦ ਹੋ ਚੁੱਕੀਆਂ ਨੇ ਅਤੇ ਬੱਚੇ ਰੋਡ 'ਤੇ ਆ ਗਏ ਨੇ। ਅਸੀਂ ਆਪਣੇ ਨੂੰ ਸੰਭਾਲ ਰਹੇ ਹਾਂ। ਹੁਣ ਪਿਛਲੇ ਹਫ਼ਤੇ ਤਕਰੀਬਨ 30 ਬੱਚੇ ਜਿਹੜੇ ਸੀ ਮੇਰੇ ਕੋਲ ਆਏ ਸੀ, ਜਿਨ੍ਹਾਂ ਨੂੰ ਖਾਣ ਪੀਣ ਦੀ ਰੋਟੀ ਨਹੀਂ ਸੀ ਉਹਨਾਂ ਕੋਲ, ਸੋ ਉਹਨਾਂ 'ਚੋਂ ਫਿਰ ਮੈਂ 8 ਬੱਚੇ ਲੈ ਕੇ ਆਇਆ ਸੀ ਪਿਛਲੇ ਹਫ਼ਤੇ, 22 ਬੱਚੇ ਪਰਸੋਂ ਆ ਰਹੇ ਨੇ ਹੋਰ। ਸੋ 19 ਦੇਰ ਤੱਕ ਉਹਨਾਂ ਬੱਚਿਆਂ ਸਾਰਿਆਂ ਨੂੰ ਜਿਹੜੇ ਆ ਮੈਂ ਰਿਹਾਇਸ਼ ਦਿੱਤੀ ਹੋਈ ਆਪਣੇ ਕੋਲ, ਉਹਨਾਂ ਦਾ 3 ਟਾਈਮ ਦਾ ਰੋਟੀ ਪਾਣੀ, ਖਾਣਾ ਪਾਣੀ ਸਾਰਾ ਮੈਂ ਆਪਣੇ ਕੋਲੋਂ ਦੇ ਰਿਹਾ ਔਰ ਪੇਪਰ ਵਗੈਰਾ ਤਿਆਰ ਕਰ ਲੈਣੇ ਉਹਨਾਂ ਦੇ, 2 ਦਿਨ 'ਚੋਂ ਬੱਚੇ ਵਾਪਸ ਆ ਜਾਣਗੇ ਇਸੇ ਤਰ੍ਹਾਂ। ਹਾਂਜੀ, ਦੇਖੋ ਇਸ ਤਰ੍ਹਾਂ ਅੱਜ ਪੋਜੀਸ਼ਨ ਪੰਜਾਬ 'ਚ ਅੱਜ ਹੋ ਚੁੱਕੀ ਹੈ ਕਿ ਇਹੋ ਜਿਹੇ ਘਰ ਨੇ ਜਿਨ੍ਹਾਂ 'ਚ 2 ਟਾਈਮ ਦੀ ਰੋਟੀ ਨਹੀਂ ਬਣਦੀ, ਜੋਬਸ ਨਹੀਂ ਉਹਨਾਂ ਕੋਲ, ਅੱਗੇ ਕੰਮ ਕੋਈ ਨਹੀਂ ਉਹਨਾਂ ਕੋਲ, ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ, ਨਸ਼ਿਆਂ 'ਚ ਜਾਂਦੇ ਜਾ ਰਹੇ ਨੇ। ਅਤੇ ਰੀਜ਼ਨ ਹੈ ਕਿ ਦੇਖੋ ਬੱਚਿਆਂ ਨੇ ਬਾਹਰ ਜਾਣਾ ਹੀ ਜਾਣਾ, ਫਿਰ ਉੱਥੇ ਜਾ ਕੇ ਰੋਟੀ 'ਤੇ ਜਾਂਦੇ ਆ, ਲੇਕਿਨ ਜਿਹੜੇ ਸਾਡੇ ਏਜੰਟ ਹੈ ਉਹ ਖਰਾਬ ਕਰ ਰਹੇ ਕਿ 2-2.5 ਲੱਖ ਰੁਪਏ ਲੈ ਕੇ ਜਿਹੜੇ ਪੇਰੈਂਟਸ ਭੇਜਦੇ ਨੇ, ਦੇਖੋ ਉਹ ਜ਼ਿਆਦਾ ਖੇਤ ਆਪਣੇ ਗਿਰਵੀ ਰੱਖਣਗੇ ਜਾਂ ਮਕਾਨ ਗਿਰਵੀ ਰੱਖਣਗੇ ਜਾਂ ਫਿਰ ਬੈਂਕ ਤੋਂ ਲੋਨ ਲੈ ਕੇ ਜਿਹੜਾ ਬੱਚਿਆਂ ਨੂੰ ਵਾਪਸ ਭੇਜ ਰਹੇ ਨੇ ਉੱਥੇ, ਪਰ ਉੱਥੇ ਜਾ ਕੇ ਕੰਮ ਖਰਾਬ ਹੋ ਰਿਹਾ। ਇਸੇ ਤਰ੍ਹਾਂ ਮੈਂ ਮਸਕਟ ਦੀ ਗੱਲ ਕਰੀ ਸੀ, ਤੁਸੀਂ ਪਿੱਛੇ ਨਿਊਜ਼ ਪੜ੍ਹੀ ਹੋਣੀ ਹੈ
कि 104 के करीब जिहड़ियां लड़कियां हैगियां उत्थे मस्कट च फसियां होईयां ने, जिहड़ियां कि पिछले साल डेढ़ साल तो उत्थे ने, उन्हां चों कोई 89 लड़कियां हैगियां जिहड़ियां कि इंडियन अंबैसी की कस्टडी च हैगियां, जिहड़ियां कि जिथे काम करदियां सीगियां उन्हां कोल उत्थों भज के आ गईयां ने, तो उन्हां दे केस चल रहे ने। सो उहदे वास्ते मैं सरकार दा ध्यान दवाया, सरकार नूं वी तुसीं उह साडी हैल्प करो, सर उहदे वल्लों अंबैसी वल्लों वी उहनां नूं हिदायतां दिओ। उहदे विच साडा तकरीबन एवरेज देखी जाए तो 3 लाख 3.5 लाख 4 लाख का खर्चा हैगा एक लड़की नूं लिआउण दा, ते टोटल में खर्चा 2.5-3 करोड़ का खर्चा हैगा। और मैं ओपनली कहा कि यह जरा खर्चा सारा ये मैं देंगा सारा अपने कोलों, साडा ट्रस्ट पे करेगा, सानू सिर्फ थोड़ी सपोर्ट चाहिए है अंबैसी की कि तां जो जो उत्थे पेपर कार्रवाई करनी है वह की जाए। नहीं देखो सारिया लड़कियां जिहड़ियां वो इंडिया दियां ने, और मैं समझदा कि कल्ला देखो पंजाब दियां 13-14 लड़कियां ने, लेकिन असी जिहड़ा सरबता भला ट्रस्ट है साडा, असी कदी जात पात तो बहुत उच्चा उठ के असीं काम करदे हां। अज जिहड़ियां लड़कियां ने हैदराबाद दियां 62-63 लड़कियां हैदराबाद दियां ने, बाकी होर स्टेटां दियां हैगियां ने। सो असी यह नहीं कि सिर्फ 14 लड़कियां लैके आनियां अपनियां, असी लैके आवेंगे तो 104 दी 4 असी लड़कियां लैके आवेंगे जी। देखो मैनूं उम्मीद है कि जिस तरह सरकार ने अगे साडा बड़ा साथ दिता, उत्थों दुबई में भी सारे पास सरकार साडे नाल ही सीगी, तो इस मस्कट वाले केस भी सरकार बिल्कुल साडी पूरी हैल्प करेगी, और बहुत जल्दी होएगा तो असं यार बच्चों लड़िया लड़कियों वापस इन्हों के घर पहुँचा देंगे। लुधियाना तो सुरिंदर सोनी की रिपोर्ट। नवीं ते ताज़ा खबर सब तो पहला देखने लिए साडा यूट्यूब चैनल लाइक ते सबसक्राइब करो सांझ टीवी, नाल ही दबाओ घंटी का बटन।